ਹਾਂ ਵੀ ਦੋਸਤੋ, ਕੱਲ੍ਹ ਦਾ ਜੋ ਕੰਗਣ ਵਾਲਾ ਵਿਵਾਦ ਛਿੜਿਆ ਹੋਇਆ ਵਾ, ਉਹ 'ਤੇ ਜਿੰਨੀ ਵੀ ਗੱਲ ਹੋਈ ਆਪਾਂ ਨੂੰ ਪਤਾ ਹੀ ਆ, ਕਿਉਂਕਿ ਕੰਗਣਾ ਜਿੱਡੀ ਹਕਾਰ ਆ, ਜਿੰਨਾ ਉਹਦੇ 'ਚ ਕਿਸਾਨਾਂ ਪ੍ਰਤੀ, ਪੰਜਾਬੀਆਂ ਪ੍ਰਤੀ, ਸਿੱਖਾਂ ਪ੍ਰਤੀ ਨਫ਼ਰਤ ਆ, ਇਹ ਉਹਦਾ ਪ੍ਰਗਟਾਵਾ ਹੀ ਉਹਨੇ ਉੱਥੇ ਕੀਤਾ ਜਿਹਦੇ ਵਿੱਚੋਂ ਚਲੋ ਜਿਹੜੀ ਘਟਨਾ ਵਾਪਰੀ। ਸੋ ਇੱਕ ਤਾਂ ਇਹਦੇ ਪਿੱਛੇ ਉਹ ਕੁੜੀ ਦਾ ਕਸੂਰ ਨੀਗਾ, ਇਹ ਕੰਗਣਾ ਦੀ ਜਵਾਨ ਦਾ ਰਸ ਆ ਅਤੇ ਉਹਦੀ ਜਵਾਨ ਦੇ ਰਸ ਦਾ ਨਤੀਜਾ। ਚੰਗੀ ਗੱਲ ਇਹ ਆ ਕਿ ਪੰਜਾਬ ਵਾਸੀ ਜਾਂ ਹੋਰ ਜਿਹੜੇ ਸਮਝਦਾਰ ਲੋਕ ਆ, ਉਹਨਾਂ ਨੇ ਉਸ ਲੜਕੀ ਦੀ ਸਪੋਰਟ ਕੀਤੀ, ਸਾਰੇ ਉਹਦੇ ਹੱਕ 'ਚ ਖੜ੍ਹੇ, ਕੱਲ੍ਹ ਤੋਂ ਹੀ ਸਾਰੀਆਂ ਕਿਸਾਨ ਜਥੇਬੰਦੀਆਂ ਉਹਦੇ ਹੱਕ 'ਚ ਖੜ੍ਹੀਆਂ, ਇਹ ਚੰਗੀ ਗੱਲ। ਮੈਂ ਤੁਹਾਡਾ ਨਾਲ ਇੱਕ ਹੋਰ ਗੱਲ ਸਾਂਝੀ ਕਰਨੀ ਚਾਹੁੰਦਾ ਵਾਂ। ਤੁਸੀਂ ਕੱਲ੍ਹ ਵਾਲੀ ਘਟਨਾ ਤੋਂ ਇੱਕ ਗੱਲ ਦੇਖੋ ਕਿ ਚਾਹੇ ਸਾਡੇ ਫੌਜ ਵਿੱਚ ਮੁੰਡੇ ਆ, ਚਾਹੇ ਪੁਲਿਸ 'ਚ ਆ, ਚਾਹੇ ਹੋਰ ਮਹਿਕਮਿਆਂ 'ਚ, ਉਹਨਾਂ ਦੇ ਵਿੱਚ ਕਿਸਾਨੀ ਅੰਦੋਲਨ ਦੀ ਫਿਕਰ ਆ, ਕਿਸਾਨੀ ਅੰਦੋਲਨ ਦਾ ਦਰਦ ਆ। ਸੋ ਇੱਕ ਤਾਂ ਇਹ ਵੀ ਕਿਸਾਨ ਇਕੱਲੇ ਨਹੀਂ, ਪੂਰੇ ਦੇਸ਼ ਦੇ ਲੋਕ, ਕਿਰਤੀ ਲੋਕ ਖਾਸ ਕਰਕੇ, ਇਹ ਉਹਨਾਂ ਦੇ ਨਾਲ ਆ। ਦੂਸਰੀ ਗੱਲ ਇਹ ਕਿ ਕਿਸਾਨ ਮੋਰਚਾ ਆਪਣਾ ਚੱਲ ਰਿਹਾ ਵਾ, ਸ਼ੰਭੂ ਚੱਲ ਰਿਹਾ, ਖਨੌਰੀ ਚੱਲ ਰਿਹਾ, ਉਸ ਸੰਬੰਧੀ ਮੈਂ ਜ਼ਰੂਰੀ ਬੇਨਤੀ ਕਰਨੀ ਆ ਅਤੇ ਤੁਹਾਨੂੰ ਸਾਰਿਆਂ ਨੂੰ ਅਪੀਲ ਆ ਕਿ ਇਹ ਹਰ ਮਾਂ ਪਿਓ ਤਾਈਂ ਵੀਡੀਓ ਜ਼ਰੂਰ ਪਹੁੰਚਾ ਦਿਆ ਜੀ, ਕਿਉਂਕਿ ਹੁਣ ਵੋਟਾਂ ਵੀ ਲੰਘ ਗਈਆਂ, ਵੋਟਾਂ ਦਾ ਡਰਾਮਾ ਵੀ ਨਿਬੜ ਗਿਆ, ਪੰਜਾਬ 'ਚ ਮੀਂਹ ਪੈਣ ਨਾਲ ਗਰਮੀ ਵੀ ਕਾਫੀ ਘੱਟ ਗਈ। ਹੁਣ ਅਸੀਂ ਸਾਰੇ ਹੀ ਮਾਪਿਆਂ ਨੂੰ ਇੱਕ ਅਪੀਲ ਕਰਦੇ ਹਾਂ ਕਿ ਉਹ ਆਪਣੇ ਬੱਚਿਆਂ ਨੂੰ ਲੈ ਕੇ ਭਲਾ 2 ਦਿਨ ਜਾਣ, ਸ਼ੰਭੂ ਖਨੌਰੀ ਜ਼ਰੂਰ ਉੱਥੇ ਜਾਣ ਅਤੇ ਉੱਥੇ ਜਿਹੜਾ ਅੰਦੋਲਨ ਉਹ ਬੱਚਿਆਂ ਨੂੰ ਜ਼ਰੂਰ ਦਿਖਾਉਣ, ਕਿਉਂਕਿ ਜੇ ਜਵਾਕ ਸਾਡੇ ਸੁਪਰਮੈਨ, ਸਪਾਈਡਰਮੈਨ, ਉਹਨਾਂ ਨੂੰ ਹੀਰੋ ਮੰਨੀ ਜਾਣਗੇ ਅਤੇ ਆਉਣ ਵਾਲੇ ਸਮੇਂ 'ਚ ਉਹ ਤੁਹਾਡੀ ਲੜਾਈ ਕਿਵੇਂ ਲੜ ਲੈਣਗੇ, ਜ਼ਮੀਨਾਂ ਦੀ ਲੜਾਈ ਕਿਵੇਂ ਲੜ ਲੈਣਗੇ। ਆਪਣੇ ਬੱਚਿਆਂ ਨੂੰ ਜੇ ਮੋਰਚਿਆਂ 'ਤੇ ਲੈ ਕੇ ਜਾਓਗੇ, ਉੱਥੇ ਉਹਨਾਂ ਨੂੰ ਪਤਾ ਲੱਗੂ ਵੀ ਸਾਡੇ ਅਸਲ ਹੀਰੋ ਹੈ ਕੌਣ ਆ, ਸਾਡੇ ਹੀਰੋ ਸਾਡੇ ਗੁਰੂ ਆ, ਸਾਡੇ ਗਦਰੀ ਬਾਬੇ ਆ, ਭਗਤ ਸਰਾਭੇ ਆ, ਅਤੇ ਮੌਜੂਦਾ ਸਮੇਂ ਦੇ ਵਿੱਚ ਸਾਡੇ ਉਹ ਬਾਬੇ ਆ ਜਿਹੜੇ 80-80 ਸਾਲ, 90-90 ਸਾਲ ਦੀ ਉਮਰ ਦੇ ਵਿੱਚ 47 ਡਿਗਰੀ ਤਾਪਮਾਨ 'ਚ ਉੱਥੇ ਲੋਕਾਂ ਖਾਤਰ ਲੜ ਰਹੇ ਆ, ਜਿਨ੍ਹਾਂ ਦਾ ਆਪਦਾ ਨਿੱਜ ਵਿੱਚ ਕੁਛ ਵੀ ਨਹੀਂ। ਕਿਉਂਕਿ ਇੱਥੋਂ ਦਾ ਜਿੰਨਾ ਵੀ ਸਿੱਖਿਆ ਦਾ ਸਿਸਟਮ ਆ, ਉਹਨੇ ਸਾਡੇ ਜਿਹੜੇ ਜਵਾਕ ਆ ਉਹਨਾਂ ਨੂੰ ਕਿਹੜੇ ਪਾਸੇ ਲੈ ਕੇ ਜਾ ਰਿਹਾ ਵਾ, ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ। ਪਰ ਇਹ ਸਾਡੀ ਜ਼ਿੰਮੇਵਾਰੀ ਆ ਕਿ ਅਸੀਂ ਆਪਦੇ ਜਵਾਕਾਂ ਨੂੰ ਕਿਹੜੇ ਰਾਹ ਤੋਰਨਾ। ਮੈਂ ਤਾਂ ਇੱਕ ਗੱਲ ਹੋਰ ਕਹਿੰਦਾ ਹੁੰਦਾ ਵਾਂ, ਅੱਜ ਅਸੀਂ ਜ਼ਮੀਨਾਂ ਖਾਤਰ ਲੜ ਰਹੇ ਹਾਂ, ਅਸੀਂ ਜਿੰਨਾ ਚਿਰ ਜਿਉਂਦੇ ਰਹਾਂਗੇ ਲੜਦੇ ਰਹਾਂਗੇ। ਜੇ ਅਸੀਂ ਆਪਦੇ ਜਵਾਕਾਂ ਨੂੰ ਇਸ ਹਾਣ ਦੇ ਨਾਂ ਬਣਾਇਆ ਕਿ ਉਹ ਜ਼ਮੀਨਾਂ ਦੀ ਰਾਖੀ ਕਰ ਸਕਣ, ਅਤੇ ਲੋਟੂ ਹਾਕਮਾਂ ਦੀ ਅਗਲੀ ਪੀੜ੍ਹੀ ਸਾਡੇ ਜਵਾਕਾਂ ਤੋਂ ਕੁੱਟ ਕੇ ਜ਼ਮੀਨ ਖੋਲੂਗੀ, ਫਿਰ ਸਾਡਾ ਲੜਿਆ ਵੀ ਕੀ ਕਰੂਗਾ। ਜ਼ਮੀਨ ਅਤੇ ਕਿਰਤੀ ਲੋਕ ਕਾਗਜ਼ ਰਹਿਣ, ਇਸ ਲਈ ਜ਼ਰੂਰੀ ਆ ਕਿ ਅਸੀਂ ਵੀ ਆਪਦੀਆਂ ਪੀੜ੍ਹੀਆਂ ਨੂੰ ਸਿਖਾਈਏ ਜ਼ਮੀਨ ਦੀ ਰਾਖੀ ਕਰਨੀ, ਕਿਉਂਕਿ ਜਿਹੜੇ ਸਾਡੇ ਵਿਰੋਧੀ ਆ ਜਾਂ ਜਿਹੜੇ ਵੱਡੇ ਘਰਾਣਿਆਂ ਦੇ ਲੋਕ ਆ, ਅਮੀਰ ਲੋਕ ਆ, ਉਹ ਤਾਂ ਜਵਾਕ ਨੂੰ ਨਿੱਕੇ ਹੁੰਦੇ ਤੋਂ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੰਦੇ, ਉਹਨਾਂ ਦੇ ਸਕੂਲ ਵੱਖਰੇ, ਉਹਨਾਂ ਨੂੰ ਤਾਂ ਸਿਖਾਇਆ ਹੀ ਇਹ ਜਾਂਦਾ ਵੀ ਰਾਜ ਕਿਵੇਂ ਕਰਨਾ, ਲੋਕਾਂ ਦੇ ਉੱਤੇ ਲੋਕਾਂ ਨੂੰ ਆਪਦੇ ਥੱਲੇ ਕਿਵੇਂ ਰੱਖਣਾ ਲਾ ਕੇ ਅਤੇ ਕੰਟਰੋਲ ਕਰਕੇ ਕਿਵੇਂ ਰੱਖਣਾ। ਇਹਦੇ ਮੁਕਾਬਲੇ ਦੇ ਵਿੱਚ ਜੇ ਅਸੀਂ ਆਪਦੇ ਜਵਾਕਾਂ ਨੂੰ ਇਹ ਨਾ ਸਿਖਾਇਆ ਕਿ ਅਸੀਂ ਆਪਦੀ ਜ਼ਮੀਨਾਂ ਦੀ ਰਾਖੀ ਕਿਵੇਂ ਕਰਨੀ ਆ, ਹੱਕਾਂ ਦੀ ਖਾਤਰ ਕਿਵੇਂ ਲੜਨਾ ਵਾ, ਤਾਂ ਮਿੱਤਰੋ ਆਉਣ ਵਾਲੇ ਸਮੇਂ ਦੇ ਵਿੱਚ ਜ਼ਮੀਨਾਂ ਨਹੀਂ ਬਚਣੀਆਂ, ਤੁਹਾਡੇ ਘਰ ਨਹੀਂ ਬਚਣਗੇ। ਇਸ ਕਰਕੇ ਮੇਰੀ ਹੱਥ ਜੋੜ ਕੇ ਸਾਰੇ ਮਾਪਿਆਂ ਨੂੰ ਬੇਨਤੀ ਆ, ਗਰਮੀ ਦੀਆਂ ਛੁੱਟੀਆਂ ਚੱਲ ਰਹੀਆਂ, ਮੌਸਮ ਠੀਕ ਆ, ਪ੍ਰਬੰਧ ਉੱਥੇ ਪੂਰਾ ਆਪਣਾ ਕੋਈ ਪ੍ਰਬੰਧ ਲਓ, ਕਮੀ ਨਹੀਂ, 2 ਦਿਨ 3 ਦਿਨ 4 ਦਿਨ ਆਪਦੇ ਬੱਚਿਆਂ ਨੂੰ ਸ਼ੰਭੂ ਲੈ ਕੇ ਜਾਓ, ਖਨੌਰੀ ਲੈ ਕੇ ਜਾਓ, ਤਾਂ ਕਿ ਉਹ ਆਪਦੇ ਚਾਚਿਆਂ, ਦਾਦਿਆਂ, ਬਾਬਿਆਂ ਨੂੰ ਉੱਥੇ ਲੜਦਾ ਦੇਖਣ ਅਤੇ ਉਹ ਉਹਨਾਂ ਨੂੰ ਯਾਦ ਰਵੇ ਕਿ ਅਸੀਂ ਇਹ ਜ਼ਮੀਨਾਂ ਦੇ ਖਾਤਰ ਕਿੰਨੇ ਸੰਘਰਸ਼ ਲੜਿਆ, ਕਿੰਨੀ ਲੜਾਈ ਲੜੀ ਆ, ਅਤੇ ਉਹ ਜ਼ਮੀਨਾਂ ਨਾਲ ਉਹਨਾਂ ਦਾ ਮੋਹ ਵਧੂਗਾ। ਸੋ ਇੰਨੀਆਂ ਬੇਨਤੀਆਂ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ